ਹੈਲੋ ਜੀ, ਸਤਿ ਸ਼੍ਰੀ ਅਕਾਲ। ਰਿੰਦਰ ਕਲੈਕਸ਼ਨ 'ਤੇ ਤੁਹਾਡਾ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜੀ। ਅੱਜ ਦੀ ਕਲੈਕਸ਼ਨ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਕੋਟਨ ਦੇ ਸੂਟਸ ਐਂਡ ਸ਼ਰਟ ਜੀ, ਜਿਹੜੇ ਕਿ ਮੀਨਸ ਪਿਓਰ ਕੋਟਨ ਹੁੰਦੀ ਹੈ। ਕੋਟਨ ਕਾਫੀ ਤਰ੍ਹਾਂ ਦੀ ਹੁੰਦੀ ਹੈ ਜੀ, ਅਤੇ ਬਾਕੀ ਜਿਹੜੇ ਇਹ ਵਾਲੇ ਸੂਟਸ ਹੈਗੇ ਕੋਸਟਲੀ ਹੈ ਥੋੜ੍ਹੇ ਜਿਹੇ, ਬਟ ਇਹਨਾਂ ਦਾ ਆਪਾਂ ਤੁਹਾਨੂੰ ਦੱਸ ਦਾਂਗੇ ਜੀ। ਇਹ ਜਿਹੜੀ ਸ਼ਰਟ ਹੈਗੀ ਆ ਬਹੁਤ ਹੀ ਸੋਹਣੀ ਹੈਗੀ ਜੀ। ਕੋਟਨ ਦਾ ਫਰਕ ਹੁੰਦਾ ਜੀ ਕਿ ਇਹ ਦੇਖੋ ਜੀ, ਬਹੁਤ ਹੀ ਪਿਆਰੀ ਕੋਟਨ ਹੈਗੀ ਹੈ ਜੀ। ਇਹ ਇਕੱਲੀ ਸ਼ਰਟ ਦਾ ਪੀਸ ਹੈਗਾ ਜੀ, ਤੁਸੀਂ ਬੋਟਮ ਨਾਲ ਇਹਦੇ ਨਾਲ ਪਾ ਸਕਦੇ ਹੋ ਕਰੀਮ ਜੀ, ਅਤੇ ਬਹੁਤ ਹੀ ਪਿਆਰਾ ਬਣਿਆ ਹੋਇਆ ਇਹ ਪ੍ਰਿੰਟ ਹੈਗਾ ਜੀ। ਅਤੇ ਜਿਹੜੀ ਇਹਦੀ ਰੇਂਜ ਹੈਗੀ ਓਨਲੀ ਸ਼ਰਟ ਜਿਹੜੀ ਹੈਗੀ ਜੀ 1200 ਰੁਪਏ ਦੀ ਹੈ। ਤੁਸੀਂ ਕੋਟਨ 'ਚ ਕਾਫੀ ਫਰਕ ਹੁੰਦਾ ਜੀ। 1200 ਦੇ ਆਪਾਂ ਦੁਪੱਟੇ ਵਾਲੇ ਸੂਟ ਵੀ ਦਿੱਤੇ ਸੀ ਜੀ ਪਹਿਲਾਂ, ਬਟ ਇਹ ਕੋਟਨ ਜਿਹੜੀ ਹੈਗੀ ਆ ਕਾਫੀ ਵਧੀਆ ਹੈਗੀ ਹੈ ਜੀ। ਇਹਦੇ ਵਿੱਚ ਇੱਕ ਇਹ ਵਾਲਾ ਪ੍ਰਿੰਟ ਹੈ ਜੀ, ਇਹ ਵੀ ਬਹੁਤ ਸੋਹਣਾ, ਕਰੀਮ ਨਾਲ ਪਾਓ ਤੁਸੀਂ, ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਜੀ। ਇਹਦੀ ਇਸ ਤਰ੍ਹਾਂ ਹੈ, ਇਹ ਵੀ 1200 ਦਾ ਜੀ, ਬਹੁਤ ਹੀ ਸੋਹਣਾ ਕੱਪੜਾ ਹੈਗਾ ਜੀ, ਪਿਓਰ ਕੋਟਨ ਹੈ ਜੀ। ਇਹ 1200 ਰੁਪਏ ਦੀ ਸ਼ਰਟ ਮਿਲੂਗੀ ਜੀ। ਇਹਦੇ ਵਿੱਚ ਇੱਕ ਲਾਸਟ ਪੀਸ ਆਪਣੇ ਕੋਲ ਇਹ ਰਹਿ ਗਿਆ ਜੀ। ਕੁਛ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਇੱਦਾਂ ਹੀ ਸੇਲ ਆਊਟ ਹੋ ਜਾਂਦੀਆਂ ਨੇ ਜੀ। ਇੱਕ ਆਪਣੇ ਕੋਲ ਇਹ ਪੀਸ ਹੈਗਾ ਜੀ, ਇਹਦਾ ਵੀ ਇਹ ਵਾਲਾ ਐਵੇਂ ਹੈ, ਬਹੁਤ ਹੀ ਸੋਹਣਾ ਹੈਗਾ ਜੀ। ਇਹ ਵੀ ਕਲਰ ਕੰਟਰਾਸਟ ਸਾਰੇ ਹੀ ਆਫ ਵਾਈਟ ਨਾਲ ਪਾ ਸਕਦੇ ਹੋ ਜੀ, ਕੁੜਤਾ ਸਟਿਚ ਕਰਾ ਸਕਦੇ ਹੋ। ਗੋਲ ਘੇਰੇ ਵਾਲਾ ਜੀ ਕਾਫੀ ਟ੍ਰੈਂਡ ਵਿੱਚ ਆ ਰਿਹਾ ਇਹ ਵਾਲਾ ਵੀ। ਅਤੇ ਹੁਣ ਆਪਣੇ ਕੋਲ ਇਹਦੇ ਵਿੱਚ ਕਲਰਸ ਆਪਣੇ ਕੋਲ ਸੇਮ ਕਲਰ ਦੇ 4 ਸੂਟ ਹੈਗੇ ਆ ਜੀ। ਇਹਦੀ ਆਪਾਂ ਦੇਖੋ ਤੁਸੀਂ, ਇਹ ਕੋਟਨ ਦਾ ਬਹੁਤ ਫਰਕ ਹੈ ਜੀ। ਇਹਦੀ ਦੇਖੋ ਜਿਹੜੀ ਸਲਵਾਰ ਹੈਗੀ ਆ ਉਹਦਾ ਵੀ ਫਰਕ ਹੈਗਾ, ਕਿਉਂਕਿ ਜਦੋਂ ਜਿਉਂ ਜਿਉਂ ਆਪਾਂ ਕਿਸੇ ਵੀ ਚੀਜ਼ ਦੀ ਪਿਓਰਿਟੀ ਦੇ ਵਿੱਚ ਚਲੇ ਜਾਂਦੇ ਹਾਂ ਜੀ, ਉਹਦਾ ਰੇਟ ਜਿਹੜਾ ਥੋੜ੍ਹਾ ਹਾਈ ਹੋ ਜਾਂਦਾ ਜੀ। ਇਹ ਤੁਸੀਂ ਦੇਖੋ ਜੀ, ਇਹਦਾ ਦੁਪੱਟਾ ਹੈਗਾ, ਦੁਪੱਟਾ ਵੀ ਮਲ ਕੋਟਨ ਦਾ ਹੈਗਾ ਜੀ, ਬਹੁਤ ਹੀ ਪਿਆਰਾ ਦੁਪੱਟਾ ਜੀ। ਵਨ ਸਾਈਡ ਸਿੰਗਲ ਪੱਟੀ ਹੈ ਜੀ, ਦੈਨ ਇੱਧਰ ਹੈਗਾ ਜਿਹੜਾ ਥੋੜ੍ਹਾ ਹੈਵੀ ਬਾਰਡਰ ਪਿਆ ਹੋਇਆ ਜੀ। ਇਹਦੀ ਜਿਹੜੀ ਰੇਂਜ ਹੈਗੀ ਹੈ ਜੀ ਆਪਾਂ ਨੂੰ 2700 ਦਾ ਪਊਗਾ ਜੀ। ਫਿਰ ਆਪਣੇ ਕੋਲ ਇਹ ਸੂਟ ਸੀ ਜੀ, ਇਹ ਆਪਾਂ ਨੇ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਕਿ ਇਹਦੇ ਵਿੱਚ ਕਲਰਸ ਹੋ ਜਾਂਦੇ ਨੇ ਜੀ। ਤੁਸੀਂ ਆਨ ਇਹਦੇ ਵਿੱਚ ਕਾਫੀ ਜਿਹੜੇ ਹੈਗੇ ਨੇ ਸਾਡੇ ਕੋਲ ਕਲਰਸ ਵੀ ਹੋਣਗੇ ਜੀ। ਅਤੇ ਇਹਨੂੰ ਆਪਾਂ ਜਾਣੀ ਕਿ ਜੇ ਸੇਮ ਕਲਰ ਕਰਾਉਣਾ ਤਾਂ ਹਲਕਾ ਜਿਹਾ ਕਲਰ ਜਾਣੀ ਕਿ ਇਸ ਤੋਂ ਲਾਈਟ ਜਿਹੜਾ ਇਹ ਹੋਊਗਾ ਆਪਣੇ, ਤੁਸੀਂ ਇਹਦੇ ਉੱਪਰ ਕਰਵਾ ਸਕਦੇ ਹੋ ਐਨੀ ਕਲਰ। ਬਹੁਤ ਹੀ ਪਿਆਰਾ ਬਣਿਆ ਹੋਇਆ ਜੀ, ਇਹ ਵੀ ਪੂਰੀ ਦੇਖੋ ਸ਼ਰਟ ਹੈਗੀ ਆ, ਅਤੇ ਇਹਦੇ ਨਾਲ ਆਪਾਂ ਦੁਪੱਟਾ ਅਤੇ ਸਲਵਾਰ ਤੁਹਾਨੂੰ ਲਗਾ ਕੇ ਦੇਵਾਂਗੇ ਜੀ। ਇਹ ਵੀ ਬਹੁਤ ਪਿਆਰਾ ਹੈਗਾ ਜੀ, ਅਤੇ ਇਹਦੇ ਵਿੱਚ ਇੱਕ ਸਿੰਗਲ ਕਲਰ ਹੈਗਾ ਆਪਣੇ ਕੋਲ ਇਹ ਵਾਲਾ ਜੀ। ਇਹ ਸ਼ੇਪ 'ਚ ਬਣਿਆ ਹੋਇਆ, ਬਹੁਤ ਹੀ ਹੈਵੀ ਹੈ ਜੀ, ਇੰਨਾ ਕੰਮ ਜਿਹੜਾ ਹੁੰਦਾ ਸਾਰਾ ਜਿਹੜਾ ਕੰਮ ਹੈਗਾ ਜੀ, ਹੱਥ ਦਾ ਕੰਮ ਹੈਗਾ, ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ। ਅਤੇ ਇਹਦੀ ਜਿਹੜੀ ਇਹ ਵਾਲੀ ਹੈਗੀ ਆ ਦੁਪੱਟਾ ਜੀ, ਦੁਪੱਟਾ ਜਿਹੜਾ ਹੈਗਾ ਔਰਗੈਂਜ਼ਾ ਦਾ ਹੈਗਾ, ਸੈਮੀ ਔਰਗੈਂਜ਼ਾ ਦਾ ਦੁਪੱਟਾ ਜੀ, ਅਤੇ ਨਾਲ ਇਹਦੇ ਵਿੱਚ ਬੂਟੀ ਬਣੀ ਹੋਈ ਆ, ਅਤੇ ਇਹ ਵੀ ਬਹੁਤ ਪਿਆਰਾ ਹੈਗਾ ਜੀ। ਇਹਦੇ 'ਤੇ ਵੀ ਆਪਾਂ ਟਾਈ ਕਰਵਾ ਸਕਦੇ ਹਾਂ ਜੀ।
ਇਹ ਸੀ ਜੀ ਮੇਰੀ ਅੱਜ ਦੀ ਕਲੈਕਸ਼ਨ, ਜਿਸ ਦੇ ਵਿੱਚ ਮੈਂ ਤੁਹਾਨੂੰ ਕੋਟਨ ਦੇ ਸੂਟ ਸਿਖਾਇਆ ਜੀ। ਉਮੀਦ ਕਰਦੀ ਕਿ ਤੁਹਾਨੂੰ ਮੇਰੀ ਜਿਹੜੀ ਕਲੈਕਸ਼ਨ ਹੈਗੀ ਆ ਪਸੰਦ ਆਈ ਹੋਏਗੀ ਜੀ। ਵੀਡੀਓ ਨੂੰ ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ ਅਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ। ਕਮੈਂਟ ਜ਼ਰੂਰ ਕਰਿਆ ਕਰੋ ਜੀ। ਸਤਿ ਸ਼੍ਰੀ ਅਕਾਲ।